देख रहे हो समाज के मुद्दे चैनल ते मैं गुरदीप सिंह कोटली असि पहुंचे हैं पिंड दाणा मंडी कोटली करते हैं गलबात जी की नाम है भाई जी हरभजन सिंह जी कितने तो बैठे हो दाणा मंडी भाई सानू वैसे तो 6 दिन हो गए 6-7 दिन कोई दिक्कत कोई परेशानी नहीं कोई दिक्कत नहीं आई जी हुण चलो बारी नाल पखे लगी जांदे है ते कोई बोली लगी उन्ने गट्टे भर भी गए जी की इहदे विच जिहड़ियां तुहानूं सहूलतां लिखियां जांदियां दाणा मंडी दे विच जिवें इंस्पैक्टर वल्लों ਸਹੂਲਤਾਂ ਦਾ ਆਇਆ ਜੀ ਜ਼ਿਆਦਾ ਦਿੱਕਤ ਤਾਂ ਪਾਣੀ ਦੀ ਹੁੰਦੀ ਹੈ ਪਾਣੀ ਕੁਛ ਤਾਂ ਕੈਂਪਰ ਆ ਜਾਂਦੇ ਆ ਬਾਕੀ ਉਹ ਜਿਵੇਂ ਨਲਕਾ ਲਾਤਾ ਚੰਗਾ ਪਾਣੀ ਰੇਟ ਸਹੀ ਮਿਲ ਰਿਹਾ ਰੇਟ ਸਹੀ ਹੈ ਜੀ ਹਾਂ ਰੇਟ ਸਹੀ ਹੈ ਜੋ ਬੋਲੀ ਲੱਗਦੀ ਹੈ ਰੇਟ ਸਹੀ ਹੈ ਜੀ ਜਿਹੜਾ ਕੋਈ ਘਟਕੇ ਵਾਲੀ ਤਾਂ ਗੱਲ ਹੀ ਨਹੀਂ ਕਹਿਣਾ ਚਾਹੋਗੇ ਹਾਂ ਠੀਕ ਹੈ ਸਹੀ ਚੱਲੀ ਜਾਂਦਾ ਜੀ ਕੰਮ 2-3 ਦਿਨ ਸਹੀ ਹੈ 2-3 ਦਿਨ ਤਾਂ ਸਹੀ ਹੋ ਜਾਂਦਾ ਹਾਂ ਪਹਿਲਾਂ ਮਾੜੀ ਮੋਟੀ ਦਿੱਕਤ ਆਈ ਹੁਣ ਫਿਰ ਸੈੱਟ ਆ ਗਿਆ ਟਰੱਕਾਂ ਦੀ ਹੜਤਾਲ ਸੀ ਤੇ ਹੁਣ ਸੈੱਟ ਆ ਕੰਮ ਬਹੁਤ ਬਹੁਤ ਧੰਨਵਾਦ ਜੀ ਕਰਦੇ ਹਾਂ ਅੱਗੇ ਗੱਲਬਾਤ ਸਾਥੀਓ ਸਾਡੇ ਨਾਲ ਇੱਕ ਹੋਰ ਕਿਸਾਨ ਵੀਰ ਹੈ ਕਰਦੇ ਆ ਗੱਲਬਾਤ ਇਹਨਾਂ ਦੇ ਨਾਲ ਬਾਈ ਜੀ ਕੀ ਨਾਮ ਆ ਸੁਖਵਿੰਦਰ ਸਿੰਘ ਪਿੰਡ ਕਿਹੜਾ ਤੁਹਾਡਾ ਕੋਟਲੀ ਮਲਵਾ ਜੀ ਪਿੰਡ ਆ ਜੀ ਸਾਨੂੰ ਜੀ ਮੰਡੀਆਂ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਮਿਲ ਰਹੀ 15-20 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ ਇੱਥੇ ਹੁਣ ਮੜਾ ਜਾ ਅੱਜ 1-2 ਢੇਰੀਆਂ ਕੱਲ ਲੱਗੀਆਂ ਸੀ ਅੱਜ ਫੇਰ ਇੰਸਪੈਕਟਰ ਨਹੀਂ ਆਏ ਵੀ ਕੋਈ ਵੀ ਸਿਸਟਮ ਨਾਲ ਕੰਮ ਨਹੀਂ ਚੱਲ ਰਿਹਾ ਕਾ ਝੋਨਾ ਜੀ ਮੁਕਤਸਰ ਦੇਖ ਲਓ 17 ਮੁਕਤਸਰ ਤੋਂ ਘੱਟ ਆਊਗਾ ਕੱਲ ਦਾ ਹੀ ਕੱਲ ਇੰਸਪੈਕਟਰ ਸਾਹਿਬ ਆਏ ਸੀ ਥੋੜੀਆਂ ਢੇਰੀਆਂ ਲਾ ਕੇ ਅੱਜ ਕੋਈ ਵੀ ਨਹੀਂ ਆਇਆ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਹੁੰਦੀਆਂ ਕੋਈ ਜਾਂ ਮੰਗਾਂ ਕਹਿ ਲਓ ਵੀ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਸੁੱਖ ਸਹੂਲਤਾਂ ਜਿਹੜੀਆਂ ਉਹ ਕੀ ਦਿੱਤੀਆਂ ਜਾਂਦੀਆਂ ਇਹਦੇ ਵਿੱਚ ਸੁੱਖ ਸਹੂਲਤਾਂ ਸਾਰੀਆਂ ਦੂਜੀਆਂ ਸਹੀ ਹੈ ਜੀ ਇਹ ਆਪਣੇ ਜਿੱਥੇ ਮਜ਼ਦੂਰ ਕੰਮ ਕਰਦੇ ਆਪਣਾ ਕੋਈ ਮੰਡੀ ਆ ਹੁਣ ਜਿਹੜੇ ਹਿਸਾਬ ਨਾਲ ਨਸ਼ੇੜੀ ਵੱਧ ਰਹੇ ਆ ਨਸ਼ੇੜੀ ਆਪਣੇ ਜ਼ਿਆਦਾ ਨਸ਼ੇੜੀਆਂ ਦਾ ਜ਼ਿਆਦਾ ਹੋ ਗਿਆ ਪੰਜਾਬ ਦੇ ਵਿੱਚ ਹਰ ਇੱਕ ਮੰਡੀ ਦੇ ਵਿੱਚ ਗੇਟ ਲੱਗਿਆ ਹੋਣਾ ਚਾਹੀਦਾ ਅਤੇ ਹਰ ਇੱਕ ਮੰਡੀ ਦੇ ਉੱਤੇ ਕੈਮਰੇ ਲੱਗੇ ਹੋਣੇ ਚਾਹੀਦੇ ਆ ਇਹ ਜ਼ਰੂਰੀ ਆ ਕਿਸਾਨਾਂ ਮਜ਼ਦੂਰਾਂ ਅਤੇ ਇਹ ਸਹੀ ਰਹੂਗਾ ਅਤੇ ਹੋਰ ਕੋਈ ਹੱਲ ਨਹੀਂ ਚਾਹੀਦਾ ਖੇਤਾ ਜੀ ਮੈਂ ਮੰਡੀ ਗੋਨਿਆਣਾ ਗਿਆ ਮੈਂ ਕਿਹਾ ਵੀਡੀਓ ਕਰਦੇ ਹਾਂ ਅਤੇ ਮੈਨੂੰ ਉੱਥੇ ਕੋਈ ਪੰਜਾਬੀ ਮਜ਼ਦੂਰ ਨਹੀਂ ਮਿਲਿਆ ਮੈਂ ਸਾਰੀ ਦਾਣਾ ਮੰਡੀ ਗਾਲੀ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਪੰਜਾਬੀ ਮਜ਼ਦੂਰਾਂ ਦਾ ਸਰਕਾਰਾਂ ਦਾ ਬੁਰਾ ਹਾਲ ਹੈ ਸਰਕਾਰਾਂ ਕਿਉਂ ਚਿੱਟੇ 'ਤੇ ਕੰਟਰੋਲ ਕਰਨ ਅਤੇ ਗੋਲੀਆਂ 'ਤੇ ਕੰਟਰੋਲ ਕਰਨ ਅਤੇ ਪੰਜਾਬੀ ਕੰਮ ਕਰਨ ਲੱਗ ਜਾਣਗੇ ਇਹ ਪੰਜਾਬੀਆਂ ਨੇ ਪੰਜਾਬੀਆਂ ਦਾ ਭੱਠਾ ਬੜਾ ਸਰਕਾਰਾਂ ਨੇ ਜਿਹੜਾ ਤੁਸੀਂ ਗੱਲ ਚਿੱਟੇ ਦੀ ਕੀਤੀ ਦਿਨ ਬਦਿਨ ਨਿੱਤ ਕੋਈ ਨੌਜਵਾਨ ਦੀ ਮੌਤ ਹੁੰਦੀ ਹੈ ਇਹਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਜਾਂ ਕੋਈ ਹੈ ਕੋਈ ਜ਼ਿੰਮੇਵਾਰ ਇਹਦਾ ਕੋਈ ਇਹਦੀ ਠੱਲ ਪਾਈ ਜਾ ਸਕਦੀ ਹੈ ਜੇ ਪਿੰਡਾਂ ਦੇ ਜਿਹੜੇ ਹੁਣ ਸਰਪੰਚ ਮੈਂਬਰ ਬਣੇ ਆ ਨਵੇਂ ਪੜ੍ਹੇ ਲਿਖੇ ਠੀਕ ਬਣੇ ਵਧੀਆ ਬਣੇ ਆ ਜੇ ਉਹ ਪੰਚਾਇਤਾਂ ਅਤੇ ਪੰਚਾਇਤ ਮੈਂਬਰ ਵਾਰਡ ਮੁਤਾਬਕ ਸਰਕਾਰ ਦਾ ਸਾਥ ਦੇਣ ਤਾਂ ਇਹਦਾ ਹੱਲ ਹੋ ਸਕਦਾ ਜੇ ਬੂਥ ਲੈਵਲ ਤੋਂ ਲਾ ਕੇ ਵਾਰਡ ਲੈਵਲ ਤੋਂ ਲਾ ਕੇ ਸਰਕਾਰ ਨਾਲ ਸਾਥ ਦਿੱਤਾ ਜੇ ਸਰਕਾਰ ਕੋਈ ਵੀ ਹੋਵੇ ਆਪਾਂ ਆਪਦੇ ਪਿੰਡ ਬਚਾਉਣੇ ਆ ਮੁੰਡੇ ਬਚਾਉਣੇ ਆ ਗੋਲੀਆਂ ਤੋਂ ਚਿੱਟੇ ਤੋਂ ਇੱਕ ਜਿਵੇਂ ਦਾਣਾ ਮੰਡੀ ਲਿਫਟਿੰਗ ਨੂੰ ਲੈ ਕੇ ਕਹਿੰਦੇ ਸਰਕਾਰ ਕਹਿੰਦੀ ਵੀ 90% ਅਸੀਂ ਲਿਫਟਿੰਗ ਕਰ ਚੁੱਕੇ ਹਾਂ ਜੀ ਹੋ ਗਈ 90% ਲਿਫਟਿੰਗ ਨਹੀਂ ਆਪਣੇ 90% ਲਿਫਟਿੰਗ ਹੋਈ ਜਾਂ ਨਹੀਂ ਹੋਈ ਆਪਣੇ ਕੰਮ ਮੰਡੀ ਦਾ ਬਹੁਤ ਵਧੀਆ ਚੱਲੀ ਜਾਂਦਾ ਬੋਲੀ ਵਧੀਆ ਲੱਗਦੀ ਹੈ ਲਿਫਟਿੰਗ ਵਧੀਆ ਹੁੰਦੀ ਹੈ ਗੱਡੀਆਂ ਚੰਗੀਆਂ ਵਧੀਆ ਮਾਲ ਚੱਕੀਦਾ ਅਤੇ ਬੋਲੀ ਵਧੀਆ ਲੱਗਦੀ ਜੀ ਮੁੰਡੇ ਬਣ ਰਹੇ ਨਸ਼ੇੜੀ ਨਸ਼ੇ ਵੱਲ ਜਾ ਰਹੇ ਆ ਜੇ ਸਰਕਾਰਾਂ ਕੰਟਰੋਲ ਕਰਨ ਤਾਂ ਇਹ ਕੰਮ ਕਰਨਗੇ ਆਪਾਂ ਨੂੰ ਪੰਜਾਬੀ ਦਿਸਣਗੇ ਮੈਂ ਕਿਹਾ ਜੀ ਜਾਂ ਪੰਜਾਬੀ ਕੰਮ ਕਰਨਾ ਹੀ ਨਹੀਂ ਚਾਹੁੰਦੇ ਸਰਕਾਰਾਂ ਕੰਟਰੋਲ ਕਰਨ ਲੋਕਾਂ ਨੂੰ ਨਸ਼ਾ ਵਾਲੇ ਪਾਸੋਂ ਪੱਟ ਕੇ ਚੰਗੇ ਕੰਮਾਂ 'ਤੇ ਲਾਇਆ ਜਾਵੇ ਜਿਹੜੇ ਧੀ ਪੁੱਤ ਲੋਕਾਂ ਦੇ ਪੜ੍ਹੇ ਲਿਖੇ ਆ ਇਹ ਨਸ਼ੇੜੀਆਂ ਵਾਲੇ ਪਾਸੇ ਸਰਕਾਰ ਹੀ ਲਿਜਾ ਰਹੀ ਹੈ ਜੇ ਇੱਕ ਮੁੰਡੇ ਨੂੰ ਜਿੰਨਾ ਆਪਣੇ ਇੱਕ ਪਿੰਡ ਦੇ ਵਿੱਚ ਪੰਜਾਬ ਦੇ ਜਿੰਨੇ ਪਿੰਡ ਹੈ ਉਹਨਾਂ ਦੇ ਵਿੱਚੋਂ ਪਿੰਡ 'ਚ ਵਿੱਚ 100-100 ਮੁੰਡੇ ਨੂੰ ਕੰਮ ਦਿੱਤਾ ਜਾਵੇ ਤਾਂ ਨਸ਼ਾ ਘੱਟ ਸਕਦਾ ਬਾਕੀ ਇੱਕ ਨਾ ਇੱਕ ਜਿਵੇਂ ਤੁਸੀਂ ਇੱਥੇ ਕੰਮ ਕਰਦੇ ਆ ਦਾਣਾ ਮੰਡੀ ਦੇ ਵਿੱਚ ਹਾਂਜੀ ਰੱਬ ਨਾ ਕਰੇ ਕੋਈ ਸੱਟ ਵੱਜਦੀ ਹੈ ਕੋਈ ਫੱਟੇ ਤੋਂ ਫਿਸਲਦਾ ਬਹੁਤ ਮਜ਼ਦੂਰਾਂ ਦੇ ਬੱਚਿਆਂ ਦੇ ਨਾਲ ਮਜ਼ਦੂਰਾਂ ਦੇ ਨਾਲ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਕੋਈ ਪਰਿਵਾਰ ਦਾ ਹੈ ਕੋਈ ਜ਼ਿੰਮੇਵਾਰ ਜਾਂ ਕੋਈ ਸਰਕਾਰ ਜਾਂ ਕੋਈ ਮੰਡੀ ਬੋਰਡ ਕੋਈ ਜ਼ਿੰਮੇਵਾਰੀ ਚੱਕੂਗੀ ਪੰਜਾਬ ਪਰਿਵਾਰ ਦੇ ਖਰਚੇ ਦੀ ਸਾਡਾ ਇਦੋਂ ਪਹਿਲਾਂ ਸਾਡੇ ਮਜ਼ਦੂਰ ਦੀ ਸੱਟ ਵੱਜੀ ਸੀਗੀ ਗੱਠਾ ਲਾਉਂਦੇ ਦੇ ਇਦੋਂ ਹੋ ਗਏ ਕਿਉਂ ਘੱਟ ਘੱਟ 10-15 ਸਾਲ ਦੀ ਗੱਲ ਹੈ ਅਸੀਂ ਉਹ ਮਜ਼ਦੂਰ ਦਾ ਇਲਾਜ ਆਪਦੀ ਜੇਬ 'ਚੋਂ ਕਰਾਇਆ ਮਜ਼ਦੂਰਾਂ ਨੇ ਅਸੀਂ ਆਪ ਸਾਰਾ ਉਹਦਾ ਉਹ ਕਰਵਾਇਆ ਉਹਦਾ ਖਰਚਾ ਤੱਕ ਵੀ ਉਹਦਾ ਅਸੀਂ ਦਿੰਦੇ ਰਹੇ ਜਿੰਨੇ ਕਰ ਉਹ ਲੱਤ ਠੀਕ ਨਹੀਂ ਹੋਈ ਮੁੰਡੇ ਦੀ ਲੱਖੀ ਦੀ ਆਪਣੇ ਲੱਖਾਂ ਮੁੰਡਾ ਇੱਥੇ ਪਿੰਡ ਦੇ ਵਿੱਚ ਉਹਨੂੰ ਸਾਰਾ ਖਰਚਾ ਅਸੀਂ ਦਿੱਤਾ ਉਹਨੂੰ ਜਿੰਨੀ ਖੁਰਾਕ ਸੀ ਅਸੀਂ ਦਿੱਤੀ ਉਹਨੂੰ ਮਜ਼ਦੂਰਾਂ ਨੇ ਤੁਹਾਨੂੰ ਕਿੰਨਾ ਕੁ ਬਣ ਜਾਂਦਾ ਕਮਾਈ ਕੰਮ ਕਮਾਈ ਇਹਦੇ ਵਿੱਚ ਕਮਾਈ ਸਾਨੂੰ ਕਿਹੜਾ ਬਣਦਾ ਜੀ ਬਸ ਟਾਈਮ ਪਾਸ ਹੈ ਹੋਰ ਕੋਈ ਨਹੀਂ ਹੱਲ ਕੋਈ ਨਹੀਂ ਗਾ ਜੇ ਵਿਹਲੇ ਬੈਠੇ ਹਾਂ ਜੇ ਕੋਈ ਘਰੇ ਜੇ ਬਹਿੰਦੇ ਹਾਂ ਤਾਂ ਹੀ ਵਿਹਲੇ ਹੈ ਅਤੇ ਜੇ ਹੁਣ ਆਉਣ ਚਾਲਾ ਇਹਨਾਂ ਨਾਲ ਕੋਈ ਮਹੀਨਾ ਵੀ ਦਿਨ ਕੋਈ ਟਾਈਮ ਪਾਸ ਹੋ ਜੂਗਾ ਨਾਲੇ ਕੰਮ ਲੱਗੇ ਹਾਂ ਨਾਲੇ ਟਾਈਮ ਪਾਸ ਹੋ ਜੂਗਾ ਜੀ
सरकार नूं की कहना चाहोगे तुसीं? सरकार तो यही मंग करते हैं भी मजदूर नूं काम दिता जाए। अज दे समें च मजदूर जमा थले गिरदा जा रहा है, मरदा जा रहा, कोई उहदा कोई सहारा नहीं, कुछ नहीं। जिहड़ा देश है वह मजदूर के मोढ़ियां ते चलदा है, ते जिहड़ा किसान है किसान अन्न पैदा करदा है। किसानी ते मजदूरी सरकार नूं दोनों बचाउण दी जरूरत है। खेता जी बहुत बहुत धन्यवाद जी।